ਡਾਕਟਰ ਧਰਮਵੀਰ ਗਾਂਧੀ ਨਿਊਜ਼ 18 ਤੇ ਜੁੜੇ ਹੈ। ਡਾਕਟਰ ਸਾਹਿਬ, ਜਾਣਕਾਰੀ ਇਹ ਮਿਲ ਰਹੀ ਹੈ ਕਿ ਦਿੱਲੀ ਦੇ ਵਿੱਚ ਤੁਸੀਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਹੋ, ਤੁਹਾਡੇ ਨਾਲ ਕੁਝ ਹੋਰ ਸਾਥੀ ਰਛਪਾਲ ਸਿੰਘ ਜੋੜਾ ਮਾਜਰਾ ਔਰ ਕਈ ਹੋਰ ਸਾਥੀ ਵੀ 11:30 ਦੇ ਕਰੀਬ ਸ਼ਾਮਲ ਹੋ ਰਹੇ ਨੇ, ਕੀ ਵਜ੍ਹਾ ਕਾਂਗਰਸ 'ਚ ਸ਼ਾਮਲ ਹੋਣ ਦਾ? ਇਸ ਤਰ੍ਹਾਂ ਸਾਡਾ ਜਿਸ ਤਰ੍ਹਾਂ ਦੇ ਚੈਲੰਜਿੰਗ ਟਾਈਮ ਜਾਂ ਬੜੇ ਚੁਣੌਤੀ ਭਰੇ ਸਾਹਮਣੇ ਹੈਗੇ ਹੈ, ਖਤਰਾ ਹੈਗਾ ਹੈ ਤੇ ਸੈਕੂਲਰਿਜ਼ਮ ਨੂੰ ਖਤਰਾ ਹੈਗਾ ਹੈ, ਇੰਡੀਆ ਦਾ ਪਲੂਰਲਿਸਟਿਕ ਕਲਚਰ ਨੂੰ ਖਤਰਾ ਹੈਗਾ ਹੈ, ਔਰ ਜਿਸ ਤਰ੍ਹਾਂ ਸਾਰੀਆਂ ਸੰਸਥਾਵਾਂ ਚਾਹੇ ਉਹ CET ਹੈ, ਚਾਹੇ ਉਹ ਇਨਕਮ ਟੈਕਸ ਐਕਟ, ਚਾਹੇ CBI ਹੈ, ਉਹਨਾਂ ਦਾ ਮਿਸਯੂਜ ਕਰਕੇ ਸਾਰੇ ਵਿਰੋਧੀ ਪਾਰਟੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ, ਔਰ ਜਿਸ ਤਰ੍ਹਾਂ ਧਾਰਮਿਕ ਧਰੁਵੀਕਰਨ ਹੋ ਰਿਹਾ ਹੈਗਾ, ਸਾਰੇ ਮੁਲਕ ਨੂੰ ਕਾਰਪੋਰੇਟ ਹੱਥਾਂ 'ਚ ਕੌਡੀਆਂ ਭਰ ਦੇਖਿਆ ਜਾ ਰਿਹਾ ਹੈਗਾ ਹੈ ਇਹ ਸਾਰੇ ਮਾਹੌਲ ਵਿੱਚ, ਔਰ ਜਿਸ ਤਰ੍ਹਾਂ ਮਹਿੰਗਾਈ 'ਚ, ਬੇਰੁਜ਼ਗਾਰੀ 'ਤੇ, ਸਿਖਰਾਂ 'ਤੇ ਹੈਗੀ ਹੈ, ਇਹਦੇ ਵਿੱਚ ਜਿਹੜਾ 24 ਲੈ ਰਿਹਾ ਹੈ, ਔਰ ਇਹ ਜ਼ਰੂਰੀ ਹੈ ਕਿ ਉਹ ਤਾਕਤਾਂ ਨੂੰ ਸੱਤਾ 'ਚ ਲਿਆਂਦਾ ਜਾਵੇ ਜਿਹੜੀਆਂ ਜਿਹੜੀ ਮੁਲਕ ਦਾ ਜਿਹੜਾ ਜਮਹੂਰੀ ਖਾਸਾ ਹੈਗਾ ਹੈ, ਜਿਹੜਾ ਧਰਮ ਨਿਰਪੱਖ ਖਾਸਾ ਹੈਗਾ ਹੈ, ਜਿਹੜਾ ਇਹਦਾ ਮਤਲਬ ਇੱਕ ਜਿਹੜਾ ਸੰਵਿਧਾਨ ਦੀ ਜਿਹੜੀ ਮੂਲ ਭਾਵਨਾ ਹੈਗੀ ਹੈ ਉਹਦੇ ਮੁਤਾਬਕ ਸਰਕਾਰ ਜਿਹੜੀ ਕੰਮ ਕਰਦੀ ਹੋਵੇ, ਅਜਿਹੀ ਸਰਕਾਰ ਨੂੰ ਸੱਤਾ 'ਚ ਲਿਆਂਦਾ ਜਾਵੇ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪਟਿਆਲਾ 'ਚ ਤੁਹਾਡੇ ਤੇ ਕਾਂਗਰਸ ਜਿਹੜੀ ਉਹ ਦਾਅ ਖੇਡ ਸਕਦੀ ਹੈ, ਤੁਸੀਂ ਸ਼ਾਮਲ ਹੋਵੋਗੇ, ਔਰ ਕਾਂਗਰਸ ਇਹ ਚਾਹੁੰਦੀ ਹੈ ਕਿ ਪਟਿਆਲਾ ਤੋਂ ਤੁਸੀਂ ਉਮੀਦਵਾਰ ਹੋਵੋ? ਨਹੀਂ, ਉਹ ਕਾਂਗਰਸ ਕੀ ਚਾਹੁੰਦੀ, ਉਹ ਤਾਂ ਉਹਦੀ ਮਰਜ਼ੀ ਹੈਗੀ ਹੈ, ਮੈਂ ਮਤਲਬ ਅਜੇ ਇਸ ਬਾਰੇ ਆਪਣਾ ਮਤਲਬ ਮੇਰਾ ਕੋਈ ਪ੍ਰਤੀਕਰਮ ਨਹੀਂ ਹੈਗਾ ਹੈ ਕਿ ਜੇਕਰ, ਪਰ ਜੋ ਮੁਲਕ ਦੇ ਸਾਹਮਣੇ ਜੋ ਹਾਲਤਾਂ ਨੇ, ਜਿਸ ਤਰ੍ਹਾਂ ਦੀ ਸਿਆਸਤ ਦੀ ਲੋੜ ਹੈਗੀ ਹੈ, ਉਹ ਮੈਂ ਸਮਝਦਾ ਕਿ ਆਪਾਂ ਨੂੰ ਜਿਹੜੀ ਧਰਮ ਨਿਰਪੱਖ ਜਮਹੂਰੀ ਤਾਕਤਾਂ ਉਹਨਾਂ ਨੂੰ ਪੱਕੇ ਪੈਰੀ ਕਰਨਾ ਚਾਹੀਦਾ, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈਗੀ ਹੈ, ਤਾਂ ਕਿ ਜਿਹੜੀ 24 'ਚ ਹਿੰਦੁਸਤਾਨ ਦਾ ਜਿਹੜਾ ਭਵਿੱਖ ਉਹ ਤੈਅ ਹੋਣਾ ਹੈਗਾ, ਹਿੰਦੁਸਤਾਨ ਨੇ ਕਿਹੜੇ ਪਾਸੇ ਜਾਣਾ ਹੈਗਾ, ਇੱਕ ਇੱਕ ਪਾਰਟੀ ਦੀ ਡਿਕਟੇਟਰਸ਼ਿਪ ਵੱਲ ਜਾਣਾ ਹੈਗਾ ਹੈ, ਜਾਂ ਇਹਨਾਂ ਨੇ ਮਤਲਬ ਜਮਹੂਰੀ ਰਾਜ ਬਣੇ ਰਹਿਣਾ ਹੈਗਾ, ਧਰਮ ਨਿਰਪੱਖ ਰਾਜ ਬਣੇ ਰਹਿਣਾ ਹੈਗਾ, ਇਹ ਫੈਸਲਾ 24 ਇਲੈਕਟਰਾਂ ਨੇ ਕਰਨਾ ਹੈਗਾ। ਕੀ ਰਾਹੁਲ ਗਾਂਧੀ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਕਾਂਗਰਸ 'ਚ ਸ਼ਾਮਲ ਹੋ ਰਹੇ ਹੋ? ਨਹੀਂ, ਮੇਰੀ ਆਪਣੀ ਵੀ ਵਿਚਾਰਧਾਰਾ, ਮੈਂ ਸ਼ੁਰੂ ਤੋਂ ਖੱਬੇ ਪੱਖੀ ਵਿਚਾਰਧਾਰਾ ਨਾਲ ਰਿਹਾ ਹੈਗਾ, ਤੇ ਮੇਰੀ ਆਪਣੀ, ਮੈਂ ਡੈਮੋਕ੍ਰੈਟਿਕ, ਸੈਕੂਲਰ ਤੇ ਪਲੂਰਿਸਟਿਕ ਬੰਦਾ ਹੈਗਾ ਹੈ, ਮੈਂ ਮਤਲਬ ਜਿਹੜੀ ਹੈ ਇੱਕ ਪ੍ਰੋਗਰੈਸਿਵ ਪੋਲੀਟਿਕਸ ਦਾ ਮੈਂ ਹਾਮੀ ਰਿਹਾ ਹੈਗਾ ਹੈ। ਰਾਹੁਲ ਗਾਂਧੀ ਨੇ ਜੋ ਭਾਰਤ ਜੋੜੋ ਯਾਤਰਾ ਕੀਤੀ ਸੀਗੀ, ਉਹਦਾ ਮੇਰੇ ਤੇ ਬਹੁਤ ਸੱਚਮੁੱਚ ਠੀਕ ਅਸਰ ਪਿਆ ਹੈਗਾ, ਪੋਜ਼ਿਟਿਵ ਅਸਰ ਪਿਆ ਹੈਗਾ, ਔਰ ਮੈਂ ਸਮਝਦਾ ਕਿ ਉਹ ਜਿਹੜੀ ਲੜਾਈ ਹੈਗੀ ਹੈ ਉਹ ਸਹੀ ਦਿਸ਼ਾ 'ਚੋਂ ਲਿਜਾ ਰਿਹਾ, ਸਹੀ ਮੁੱਦੇ ਚੁੱਕ ਰਹੇ ਹੈਗੇ ਹੈ, ਜਿਹ 'ਚ ਨੌਜਵਾਨਾਂ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ, ਧਾਰਮਿਕ ਸਦਭਾਵ ਦਾ ਮੁੱਦਾ ਹੈਗਾ ਹੈ, ਔਰ ਜਿਹੜੀਆਂ ਸੰਸਥਾਵਾਂ ਨੇ, ਜਮਹੂਰੀ ਸੰਸਥਾਵਾਂ ਨੇ, ਉਹਨਾਂ ਨੂੰ ਬਚਾਉਣ ਦਾ ਮੁੱਦਾ ਹੈਗਾ, ਚਾਹੇ ਉਹ ਜੁਡੀਸ਼ਰੀ ਹੈਗੀ ਹੈ, ਚਾਹੇ ਉਹ ED ਹੈ, ਚਾਹੇ ਇਨਕਮ ਟੈਕਸ, ਚਾਹੇ CBI ਹੈ, ਚਾਹੇ ਉਹ ਮੀਡੀਆ ਹੈਗਾ, ਮੀਡੀਆ ਨੂੰ ਵੀ ਮਤਲਬ ਉਹਦੀ ਉਹਦੀ ਨਿਰਪੱਖਤਾ ਬਚਾਉਣ ਦਾ ਮਾਮਲਾ ਹੈਗਾ ਹੈ। ਕਾਂਗਰਸ ਤੁਹਾਡੀ ਪੁਰਾਣੀ ਪਾਰਟੀ ਆਮ ਆਦਮੀ ਪਾਰਟੀ ਨਾਲ ਦਿੱਲੀ 'ਚ ਅਲਾਇੰਸ ਕਰ ਰਹੀ ਹੈ, ਔਰ ਅੱਜ ਜਿਹੜੇ ਮਲਕਾਰਜਨ ਖੜਗੇ ਨੇ ਉਹਨਾਂ ਨੇ ਪੰਜਾਬ 'ਚ ਵੀ ਹਿੰਟ ਦਿੱਤਾ ਹੈ ਕਿ ਇਕੱਠੇ ਹੋਣਾ ਚਾਹੀਦਾ। ਦੇਖੋ, ਅੱਜ ਜੇ ਮਤਲਬ ਜਿੱਦਾਂ ਦੀ ਹਾਲਤ ਹੈਗੀ ਹੈ ਉਹਦੇ 'ਚੋਂ ਜੇਕਰ ਅਰੇਂਜਮੈਂਟ ਹੋਈ ਹੈਗੀ ਦਿੱਲੀ ਵਿੱਚ, ਔਰ ਜੇ ਫਰੂਟਫੁੱਲ ਲੱਗਦੀ ਹੈ, ਤੇ ਤਾਂ ਮਤਲਬ ਮੈਨੂੰ ਲੱਗਦਾ ਕਿ ਇਹ ਸਾਰੇ ਸਵਾਲ ਖੁੱਲ੍ਹੇ ਨਹੀਂ ਹੈਗਾ ਹੈ, ਅਤੇ ਆਮ ਆਦਮੀ ਪਾਰਟੀ ਦਾ ਰਵੱਈਆ ਕੀ ਹੈਗਾ ਹੈ, ਆਮ ਆਦਮੀ ਪਾਰਟੀ ਕਿਸ ਤਰ੍ਹਾਂ ਬਿਹੇਵ ਕਰਦੀ ਹੈਗੀ ਹੈ, ਉਹ 'ਤੇ ਬਹੁਤ ਡਿਪੈਂਡ ਕਰਦਾ ਹੈਗਾ। ਕਾਂਗਰਸ ਦਾ ਵੀ ਮਤਲਬ ਜਿਹੜੀ ਅਸੈਸਮੈਂਟ ਹੈ, ਹਮੇਸ਼ਾ ਅਸੈਸਮੈਂਟ ਟਾਈਮ ਟੂ ਟਾਈਮ ਹੁੰਦੀ ਰਹਿੰਦੀ ਹੈਗੀ ਆ, ਹਾਲਤਾਂ ਬਦਲਦੀਆਂ ਰਹਿੰਦੀਆਂ ਹੈਗੀਆਂ, ਨਿਰਣੇ ਬਦਲਦੇ ਰਹਿੰਦੇ ਹੈਗੇ ਹੈ। ਤੁਹਾਨੂੰ ਲੱਗਦਾ ਇਕੱਠੇ ਜਾਣਾ ਚਾਹੀਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ? ਦੇਖੋ, ਅਜੇ ਆਉਣ ਵਾਲੇ ਦਿਨਾਂ 'ਚ ਕੀ ਘਟਨਾ ਚੱਕਰ ਵਾਪਰਦਾ, ਉਹ 'ਤੇ ਡਿਪੈਂਡ ਕਰਦਾ ਕਿ ਕੀ ਕਦਮ ਚੁੱਕੇ ਜਾਣ ਅਤੇ ਕਿੱਧਰ ਨੂੰ ਤੁਰਿਆ ਜਾਵੇ। ਕਿਉਂਕਿ ਪਟਿਆਲਾ ਤੋਂ ਤੁਸੀਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹੋ, ਔਰ ਤੁਹਾਡੇ ਮੁਕਾਬਲੇ ਡਾਕਟਰ ਬਲਬੀਰ ਤੁਹਾਡੇ ਪੁਰਾਣੇ ਸਾਥੀ ਨੇ, ਔਰ ਨਾਲ ਹੀ ਨਾਲ ਪਰਨੀਤ ਕੌਰ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹਰਾਇਆ ਸੀ, ਉਹ ਮੁਕਾਬਲੇ ਦੇ ਵਿੱਚ ਰਹਿਣਗੇ। ਹਾਂਜੀ,
ਨਹੀਂ ਮੈਂ ਅਜੇ ਅਜੇ ਤਾਂ ਇਹ ਤਾਂ ਸੈਕੰਡਰੀ ਕੁਐਸਚਨ ਹੈ ਨਾ ਕਿ ਮੈਂ ਮਤਲਬ ਇਲੈਕਸ਼ਨ ਲੜਨੀ ਜਾਂ ਨਹੀਂ ਲੜਨੀ, ਪ੍ਰਾਇਮਰੀ ਕੁਐਸਚਨ ਇਹ ਹੈ ਕਿ ਮੈਂ ਉਸ ਪੋਲਟਨ ਦਾ ਖੜਾ ਹੈਗਾ ਜਿਹੜੀ ਮਤਲਬ ਸਾਡੇ ਸੰਵਿਧਾਨ ਦੀ ਜਿਹੜੀ ਮੂਲ ਭਾਵਨਾ ਹੈਗੀ ਹੈ ਉਹਦੇ ਉਹਦਾ ਪ੍ਰਗਟਾ ਕਰਦੀ ਹੈ, ਉਹਦੇ ਨਾਲ ਕਮਿਟਮੈਂਟ ਦਿਖਾਉਂਦੀ ਹੈ, ਜਮਹੂਰੀਅਤ ਨਾਲ ਕਮਿਟਮੈਂਟ ਹੈਗੀ ਹੈ, ਲੋਕਤੰਤਰ ਨਾਲ ਕਮਿਟਮੈਂਟ ਹੈਗੀ ਹੈ, ਮੈਂ ਉਸ ਵਿਚਾਰਧਾਰਾ ਨੂੰ ਨਾਲ ਖੜਾ ਹੈਗਾ, ਸਪੋਰਟ ਕਰ ਰਿਹਾ ਹੈਗਾ ਔਰ ਉਸ ਪਾਰਟੀ ਨੂੰ ਜੁਆਇਨ ਕਰ ਰਿਹਾ ਹੈਗਾ ਜਿਹੜੀ ਅੱਜ ਮਤਲਬ ਲੋਕਾਂ ਦੀ ਆਕਾਂਕਸ਼ਾਵਾਂ ਦੀ ਪੂਰਤੀ ਵਾਸਤੇ ਇੱਕ ਪਰਫੈਕਟ ਮਤਲਬ ਜਿਹੜਾ ਮਤਲਬ ਇੱਕ ਪ੍ਰੋਗਰਾਮ ਲੈ ਕੇ ਆਈ ਹੈਗੀ ਹੈ। ਕਾਂਗਰਸ ਦੀ ਹਾਲਤ ਪੰਜਾਬ ਦੇ ਵਿੱਚ ਕਾਫੀ ਖਸਤਾ ਹੋਈ ਹੈ, ਆਪਸੀ ਕੱਟੋ ਕਲੇਸ਼ ਕਾਫੀ ਜ਼ਿਆਦਾ ਕਾਂਗਰਸ ਲਈ ਘਾਤਕ ਸਾਬਤ ਹੋਇਆ 2022 ਦੇ ਵਿੱਚ ਵੀ, ਅੱਜ ਵੀ ਉਹੀ ਸਥਿਤੀ ਜਿਹੜੀ ਹੈ ਪੰਜਾਬ 'ਚ ਨਜ਼ਰ ਆਉਂਦੀ ਹੈ। ਹਾਂ, ਜੇਕਰ ਆਪਣਾ ਘਰ ਆਰਡਰ ਨਹੀਂ ਠੀਕ ਕਰਦੇ ਤਾਂ ਸੱਚ ਤਾਂ ਤੁਹਾਡੀ ਗੱਲ ਠੀਕ ਹੈ, ਚਿੰਤਾ ਵਾਲੀ ਗੱਲ ਹੈਗੀ, ਕਾਂਗਰਸ ਨੂੰ ਇਕਜੁੱਟ ਹੋ ਕੇ ਫਿਰ ਪੂਰਾ ਮਤਲਬ ਜਿਹੜੀ ਸਪਿਰਿਟ ਹੈਗੀ ਹੈ ਕਾਂਗਰਸ ਦੀ, ਜਿਹੜੀ ਕਾਂਗਰਸ ਦਾ ਇਤਿਹਾਸ ਹੈਗਾ, ਜਿਹਨਾਂ ਗੱਲਾਂ ਵਾਸਤੇ ਕਾਂਗਰਸ ਜਾਣੀ ਜਾਂਦੀ ਹੈਗੀ ਹੈ, ਉਹਨਾਂ ਦੇ ਅੰਪਲ ਪਹਿਰਾ ਦਿੰਦੇ ਹੋਏ ਕਾਂਗਰਸ ਨੂੰ ਮਤਲਬ ਇਕਜੁੱਟ ਹੋ ਜਾਣਾ ਚਾਹੀਦਾ, ਸਾਰੇ ਮਤਭੇਦ ਭੁਲਾ ਕੇ ਜਿਹੜਾ ਇੱਕ ਏਜੰਡਾ ਹੈਗਾ ਕਿ ਮੁਲਕ ਨੂੰ ਬਚਾਉਣਾ ਹੈਗਾ ਹੈ, ਜਮਹੂਰੀਅਤ ਬਚਾਉਣੀ ਹੈ, ਧਰਮ ਨਿਰਪੱਖ। ਲੇਕਿਨ ਕਾਂਗਰਸ ਦਾ ਨੁਕਸਾਨ ਕਰ ਰਹੀ ਹੈ, ਚਾਹੇ ਨਵਜੋਤ ਸਿੰਘ ਸਿੱਧੂ ਬਾਜਵਾ ਹੋਣ, ਚਾਹੇ ਬਾਜਵਾ ਵਰਸਿਸ ਕੋਈ ਹੋਰ ਲੀਡਰ ਹੋਵੇ, ਇਹ ਪਿਛਲੇ ਕਈ ਸਾਲਾਂ ਤੋਂ ਇਹ ਸਥਿਤੀ ਬਣੀ ਹੋਈ ਹੈ। ਉਮੀਦ ਹੈ ਸਾਰਾ ਕੁਝ ਠੀਕ ਹੋਊਗਾ, ਕਿਉਂਕਿ ਜਿੰਨਾ ਸਿਚੁਏਸ਼ਨ ਦਾ ਪ੍ਰੈਸ਼ਰ ਹੈ, ਜਿੰਨਾ ਹਾਲਤਾਂ ਦਾ ਪ੍ਰੈਸ਼ਰ ਹੈਗਾ, ਉਹਦੇ 'ਚ ਕੋਈ ਵੀ ਜਿਹੜਾ ਰਾਈਟ ਥਿੰਕਿੰਗ ਕਾਂਗਰਸਮੈਨ ਹੈਗਾ ਉਹ ਨਿੱਕੀਆਂ ਛੋਟੀਆਂ ਗੱਲਾਂ 'ਚ ਪੈ ਕੇ ਉਹ ਇੱਧਰ ਨੂੰ ਨਹੀਂ ਕੋਈ ਅਜਿਹਾ ਕੰਮ ਨਹੀਂ ਕਰੂਗਾ ਜਿਹਨਾਂ ਕਾਂਗਰਸ